ਤੁਸੀਂ ਦੇਖ ਰਹੇ ਹੋ ਚੱਕ ਟੀਵੀ ਮੈਂ ਹਾਂ ਕਮਲਦੀਪ ਕੌਰ ਕਿਸਾਨਾਂ ਦੀ ਸ਼ਹਾਦਤ ਨੂੰ ਅੱਜ ਇਨਸਾਫ ਮਿਲਿਆ ਇਸ ਮੌਕੇ ਲਖੀਮਪੁਰ ਹਿੰਸਾ ਚ ਅਹਿਮ ਖੁਲਾਸਾ ਹੋਇਆ ਜਿੱਥੇ ਐਸਆਈਟੀ ਨੇ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਜੋ ਕਿ 5000 ਸਫਿਆਂ ਦੀ ਇਹ ਚਾਰਜ ਸ਼ੀਟ ਚ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਕਰਾਰ ਕਰ ਦਿੱਤਾ ਗਿਆ ਜਿਸ ਕਰਕੇ ਸਿੱਟ ਨੇ ਸੀਜੀਐਮ ਕੋਰਟ ਚ ਚਾਰਜ ਸ਼ੀਟ ਕਰ ਅਜੇ ਕੁਮਾਰ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਸਣੇ 16 ਲੋਕਾਂ ਨੂੰ ਦੋਸ਼ੀ ਸਾਬਤ ਕੀਤਾ ਦਰਅਸਲ ਪਿਛਲੇ ਸਾਲ 3 ਅਕਤੂਬਰ ਨੂੰ ਅਸ਼ੀਸ਼ ਮਿਸ਼ਰਾ ਦੇ ਸਮਰਥਕਾਂ ਨੇ ਕਿਸਾਨ ਬੀਬੀਆਂ ਨੂੰ ਆਪਣੀ ਗੱਡੀ ਥੱਲੇ ਦਰੜ ਦਿੱਤਾ ਸੀ ਜਿਸ ਕਰਕੇ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਲਈ ਕੜੀ ਜਾਂਚ ਲਈ ਧਰਨੇ ਪ੍ਰਦਰਸ਼ਨ ਕੀਤੇ ਸਨ ਜਿਸ ਤੇ ਰਾਜ ਵੱਲੋਂ ਸਿੱਟ ਦਾ ਗਠਨ ਕੀਤਾ ਗਿਆ ਤੇ ਹੁਣ ਜਾਂਚ ਅਧਿਕਾਰੀ ਨੇ ਅਸ਼ੀਸ਼ ਮਿਸ਼ਰਾ ਸਮੇਤ ਹੋਰ ਦੋਸ਼ੀਆਂ ਨੂੰ ਕਤਲ ਦਾ ਦੋਸ਼ੀ ਬਣਾਇਆ ਜਿੱਥੇ ਚਾਰਜਸ਼ੀਟ ਮੁਤਾਬਿਕ ਇਹ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਨੂੰ ਹਵਾਲਾ ਦਿੰਦੀ ਹੈ ਜਿੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਇੱਕ ਥਾਰ ਤੇ ਇੱਕ ਫੋਰਚੂਨਰ ਨੇ ਕੁਚਲ ਦਿੱਤਾ ਸੀ ਇਸ ਘਟਨਾ 'ਚ ਪਹਿਲਾਂ 13 ਦੋਸ਼ੀ ਸਨ ਤੇ ਹੁਣ ਇਸ 'ਚ ਇੱਕ ਹੋਰ ਦੋਸ਼ੀ ਦਾ ਨਾਂ ਵਧਾਇਆ ਗਿਆ ਤੇ ਹੁਣ 14 ਦੋਸ਼ੀ ਮੁੱਖ ਨੇ ਵਰਿੰਦਰ ਸ਼ੁਕਲਾ ਦਾ ਨਾਂ ਵਧਾਇਆ ਗਿਆ ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬਹੁਤ ਹੀ ਕਰੀਬੀ ਸਨ ਫਿਲਹਾਲ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕ ਦੇ ਟੀਵੀ ਦੇ ਨਾਲ।